ਅਸਵਕਤ ਅਸੀਂ ਹੁਸ਼ਿਆਰਪੁਰ ਦੀ ਦੁਸ਼ਹਰਾ ਗਰਾਊਂਡ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਪਿਛਲੇ ਕਈ ਦਿਨਾਂ ਤੋਂ ਐ ਜਿਹੜਾ ਮੇਲਾ ਸਜਿਆ ਹੋਇਆ ਹੈ ਤੇ ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਹੈ ਜਿਹੜਾ ਮੇਲੇ ਦਾ ਆਨੰਦ ਮਾਣਨ ਦੇ ਲਈ ਪਹੁੰਚਦੇ ਨੇ ਸੋ ਕੈਮਰਾ ਪਰਸਨ ਨੂੰ ਕਹਾਂਗਾ ਕਿ ਤਸਵੀਰਾਂ ਦਿਖਾ ਦੇਣ ਗਰਾਊਂਡ ਦੇ ਵਿੱਚ ਰਾਵਣ ਮੇਘਨਾਥ ਤੇ ਕੁੰਭਕਰਨ ਦੇ ਮੇਲੇ ਇਹ ਪੁਤਲੇ ਆ ਜਿਹੜੇ ਉਹ ਪੂਰੀ ਤਰ੍ਹਾਂ ਦੇ ਨਾਲ ਤਿਆਰ ਕਰਕੇ ਜਿਹੜੇ ਉਹ ਖੜੇ ਕਰ ਦਿੱਤੇ ਗਏ ਨੇ ਤੇ ਜਿਨ੍ਹਾਂ ਨੂੰ ਕੱਲ ਸਾਰੀਆਂ ਰਸਮਾਂ ਰੀਤ ਰਿਵਾਜ ਪੂਰੀ ਕਰਨ ਤੋਂ ਬਾਅਦ ਇਹਨਾਂ ਪੁਤਲਿਆਂ ਨੂੰ ਅੱਗ ਦਿਖਾਈ ਜਾਵੇਗੀ ਸੋ ਵੱਡੀ ਮਾਤਰਾ ਦੇ ਵਿੱਚ ਇਹਨਾਂ ਪੁਤਲਿਆਂ ਦੇ ਵਿੱਚ ਜਿਹੜੇ ਉਹ ਬੰਬ ਪਟਾਕੇ ਜਿਹੜੇ ਫਿੱਟ ਕੀਤੇ ਹੁੰਦੇ ਨੇ ਸੋ ਜਿਵੇਂ ਹੀ ਇਹਨਾਂ ਪੁਤਲਿਆਂ ਨੂੰ ਅਗਨੀ ਦਿਖਾਈ ਜਾਂਦੀ ਹੈ ਤਾਂ ਸਾਰੇ ਸ਼ਹਿਰ ਦੇ ਵਿੱਚ ਇਹਨਾਂ ਪੁਤਲਿਆਂ ਦੀ ਆਵਾਜ਼ ਹੈ ਜਿਹੜੀ ਉਹ ਗੂੰਜਦੀ ਹੈ ਸੋ ਦੁਸ਼ਹਿਰੇ ਦੀ ਆਪਾਂ ਗੱਲ ਕਰੀ ਤਾਂ ਹੁਸ਼ਾਰਪੁਰ ਦਾ ਦੁਸ਼ਹਿਰਾ ਜਿਹੜਾ ਜਿਵੇਂ ਕਿ ਹਰ ਵਾਰ ਹੀ ਆਪਾਂ ਦੱਸਦੇ ਹਾਂ ਕਿ ਉੱਤਰੀ ਭਾਰਤ ਦਾ ਪ੍ਰਸਿੱਧ ਦੁਸ਼ਹਿਰਾ ਸੋ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਜਿਹੜਾ ਉਤਸ਼ਾਹ ਪਾਇਆ ਜਾਂਦਾ ਹੈ ਸੋ ਖਾਸ ਤੌਰ ਤੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਦੁਸ਼ਹਿਰੇ ਦਾ ਮੇਲਾ ਵੇ ਕਿ ਮੈਂ ਦੁਸ਼ਹਿਰੇ ਦੇ ਮੇਲੇ ਨੂੰ ਵੇਖਣ ਦੇ ਲਈ ਆਉਣਾ ਹੋਵੇ ਤਾਂ ਮੇਲੇ ਨੂੰ ਜਿਹੜੇ ਹੋਰ ਵੀ ਚਾਰ ਚੰਦ ਲੱਗ ਜਾਂਦੇ ਨੇ ਸੋ ਹੁਣ ਵੀ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਆਪਣੀ ਡਿਊਟੀ ਤੇ ਤਨਤ ਨੇ ਕਿਉਂਕਿ ਸੁਰੱਖਿਆ ਦੇ ਲਾਹਜ਼ ਨਾਲ ਕੋਈ ਵੀ ਜਿਹੜੀ ਹੁਸ਼ਾਰਪੁਰ ਪੁਲਿਸ ਵੱਲੋਂ ਢਿਲਮੱਠ ਜਿਹੜੀ ਉਹ ਨਹੀਂ ਦਿਖਾਈ ਜਾ ਰਹੀ ਹੈ ਲਗਾਤਾਰ ਐਸਐਸਪੀ ਸਰਤਾ ਸਿੰਘ ਚਾਹਲ ਵੱਲੋਂ ਖੁਦ ਇਹ ਰੋਜ਼ਾਨਾ ਦੇ ਵਿੱਚ ਜਿਹੜਾ ਗਰਾਊਂਡ ਦਾ ਦੌਰਾ ਕੀਤਾ ਜਾ ਰਿਹਾ ਤਾਂ ਹਰ ਇੱਕ ਪਹਿਲੂ ਤੇ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਨਿਗ੍ਹਾ ਰੱਖੀ ਜਾ ਰਹੀ ਹੈ ਸੋ ਬਹੁਤ ਸਾਰੀਆਂ ਖੂਫੀਆ ਟੰਗ ਦੇ ਨਾਲ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਆਪਣੇ ਇਹ ਦਸਤਾਵੇਜ਼ਾਂ ਦੇ ਨਾਲ ਇਹਨਾਂ ਥਾਵਾਂ ਤੇ ਜਿਹੜੀ ਨਿਗ੍ਹਾ ਰੱਖੀ ਜਾਂਦੀ ਹੈ ਕਿਉਂਕਿ ਮੁੱਖ ਮੰਤਰੀ ਜਦੋਂ ਮੁੱਖ ਮੰਤਰੀ ਨੇ ਆਉਣਾ ਹੋਵੇ ਮੇਲੇ ਦੇ ਵਿੱਚ ਤਾਂ ਸੁਭਾਵਿਕ ਹੈ ਕਿ ਸੁਰੱਖਿਆ ਨੂੰ ਲੈ ਕੇ ਜਿਹੜੇ ਉਹ ਕਰੜੇ ਪ੍ਰਬੰਧ ਜਿਹੜੇ ਪੁਲਿਸ ਨੂੰ ਕਰਨੇ ਪੈਂਦੇ ਨੇ ਸੋ ਤਿਆਰੀਆਂ ਲਗਭਗ ਹੈ ਜਿਹੜੀਆਂ ਉਹ ਮੁਕੰਮਲ ਹੋ ਚੁੱਕੀਆਂ ਨੇ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਲੋਕ ਹੈ ਜਿਹੜੇ ਇਸ਼ਾਰੇ ਤਾਂ ਮੇਲੇ ਦਾ ਆਨੰਦ ਮਾਨਣ ਦੇ ਲਈ ਆਉਂਦੇ ਨੇ ਸੋ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਸਾਨੂੰ ਕਾਫੀ ਸਾਰੇ ਸੱਜਣਾਂ ਦੇ ਫੋਨ ਵੀ ਆਏ ਨੇ ਕਿ ਭਾਜੀ ਜਿਹੜੇ ਪੁਤਲੇ ਆ ਉਹ ਲੱਗ ਚੁੱਕੇ ਨੇ ਸੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਦੱਸਣਾ ਵੀ ਚਾਹੁੰਦੇ ਹੋ ਉਹਨਾਂ ਨੂੰ ਲੋਕਾਂ ਨੂੰ ਕਿ ਪੁਤਲੇ ਆ ਜਿਹੜੇ ਰਾਵਣ ਕੁੰਭਕਰਨ ਮੇਘਨਾਦ ਦੇ ਜਿਹੜੇ ਉਹ ਦੁਸ਼ਹਿਰਾ ਗਰਾਊਂਡ ਦੇ ਵਿੱਚ ਜਿਹੜੇ ਉਹ ਇਹ ਲੱਗ ਚੁੱਕੇ ਨੇ ਸੋ ਇਹ ਕੱਲ ਦੁਸ਼ਹਿਰਾ ਗਰਾਊਂਡ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਉਹ ਲੋਕ ਐ ਮੇਲੇ ਮੇਲੇ ਨੂੰ ਵੇਖਣ ਦੇ ਲਈ ਪਹੁੰਚਣਗੇ ਸੋ ਬਾਅਦ ਦੁਪਹਿਰ ਯਾਨੀ ਕਿ 5 ਵਜੇ ਤੋਂ ਬਾਅਦ ਸ਼ਾਮ ਢਲਦੇ ਇਹਨਾਂ ਪੁਤਲਿਆਂ ਨੂੰ ਜਿਹੜੀ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਜੋ ਵੀ ਇੱਥੇ ਲੀਲਾਵਾਂ ਦਿਖਾਈ ਜਾਂ ਨੂੰ ਦਿਖਾਉਣ ਤੋਂ ਬਾਅਦ ਇਹਨਾਂ ਨੂੰ ਅਗਨੀ ਦਿਖਾਈ ਜਾਵੇਗੀ ਕੈਮਰਾ ਪਰਸਨ ਬਲਜਿੰਦਰ ਸਿੰਘ ਦੇ ਨਾਲ ਚੇਤਨ ਕਸ਼ਪ ਤਾਤਾ ਤਿੰਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਿਆਰਪੁਰ ਨਿਊਜ਼ ਨਾਲ ਹੈਲੋ ਮੈਂ ਨਿਧਾਨਾ ਸੇ ਆਇਆ ਹਾਂ ਦਸਿਆਰੇ ਕੋ ਮੱਲਾ ਦੇਖਣਾ ਕਹਾਂ ਆਇਓ ਆਪ ਨਿਧਾਨਾ ਸੇ ਨਿਧਾਨਾ ਸੇ ਆਇਓ ਕੌਨ ਸੇ ਸ਼ਹਿਰ ਮੈਂ ਆਇਓ ਨਾਮ ਪਤਾ ਰੋਇਆ ਕੀ ਨਾਮ ਹੈ ਯਾਰ ਹੁਸ਼ਿਆਰਪੁਰ ਹੁਸ਼ਿਆਰਪੁਰ ਆਇਓ ਕੌਨ ਰਹਤਾ ਹੈ ਯਾਰ ਬਰਾ ਤੁਹਾ ਚਾਚੂ ਚਾਚੂ ਹੋਰ ਕੋਰ ਕੋਨ ਆਇਆ ਬੂਆ ਦਾਦੀ ਦਾਦੂ दुशा, लुधियाना में भी इतना बड़ा दुशहरे का मेला लगता है होशियारपुर में क्यों आए हो फिर हाँ तो दस बार वहाँ भी गया हूँ मैं वहाँ भी गया हुआ अच्छा इस बार होशियारपुर में देखना है चलो ठीक है